ਖੇਤੀਬਾੜੀ ਮੰਤਰੀ ਪਿਊਸ਼ ਗੋਇਲ ਜੀ ਔਰ ਆਪਣੇ ਜਿਹੜੇ ਆ ਸੋਮਨਾਥ ਜੀ ਉਹ ਮਸਾਂ ਹੀ ਕਿਤੇ ਘੰਟਾ ਡੇਢ ਘੰਟਾ ਮੀਟਿੰਗ ਦੇ ਵਿੱਚ ਬੈਠੇ ਆ, ਕਦੀ ਉਹ ਖਾਣਾ ਖਾਣ ਚੱਲ ਜਾਂਦੇ ਆ ਡੇਢ ਡੇਢ ਘੰਟਾ, ਕਦੀ ਘੰਟਾ ਘੰਟਾ ਮੀਟਿੰਗ 'ਚੋਂ ਲੇਟ ਆਉਂਦੇ ਆ। ਵੀ ਇਹ ਲੋਕ ਥੱਕ ਜਾਣ, ਅੱਕ ਜਾਣ, ਲੋਕ ਇਹਨਾਂ ਦਾ ਖਹਿੜਾ ਛੱਡ ਜਾਣ, ਇਹ ਅੰਦੋਲਨ ਕਮਜ਼ੋਰ ਜੇ ਕਿਸੇ ਨਾ ਕਿਸੇ ਤਰੀਕੇ ਨਾਲ, ਉਹ ਸਾਰਾ ਕੁਝ ਸਰਕਾਰ ਕਰਦੇ ਲੱਗੀ ਆ। ਵੇਖੋ ਜੀ, ਦੁਖੀ ਹੋ ਗਏ ਆ। ਅਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ 47 ਦਿਨ ਹੋ ਗਏ ਦਿੱਲੀ ਦੇ ਵਿੱਚ ਅਤੇ 2 ਮਹੀਨੇ ਪੰਜਾਬ 'ਚ ਚੱਲਿਆ, ਲੋਕ ਅੱਕੇ ਸੜੇ ਪਏ ਆ। ਉੱਥੇ ਅਸੀਂ ਗੱਲ ਕਰਾਂਗੇ ਸਿੰਘੂ ਬਾਰਡਰ ਤੇ ਜਸਵੀਰ ਸਿੰਘ ਪਿੱਦੀ ਜਿਹਨੇ ਕਿ ਉਹਨਾਂ ਨਾਲ ਗੱਲ ਕਰਦੇ ਆ ਕਿ ਜਿਵੇਂ ਕਿ ਆਏ ਦਿਨ ਕਿਸਾਨਾਂ ਦਾ ਸਿਲਸਿਲਾ ਜਿਵੇਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਪਰ ਕੋਈ ਵੀ ਸਾਰਥਿਕ ਹੱਲ ਨਹੀਂ ਨਿਕਲ ਰਹੇ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਵੀਰ ਸਿੰਘ ਪਿੱਦੀ, ਸੂਬਾ ਮੀਤ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਜੋ ਤੁਸੀਂ ਅੱਜ ਸਾਥੋਂ ਪੁੱਛਣਾ ਚਾਹੁੰਦੇ ਜੇ, ਇਹ ਸਾਰਾ ਕੁਝ ਮੀਡੀਆ ਦੇ ਸਾਹਮਣੇ ਆ ਕਿ ਅੱਜ 47 ਦਿਨ ਹੋ ਗਏ ਦਿੱਲੀ ਦੇ ਵਿੱਚ, ਦਿੱਲੀ ਦੇ ਬਾਰਡਰਾਂ ਨੂੰ ਘੇਰ ਕੇ ਬੈਠੇ ਕਿਸਾਨ ਮਜ਼ਦੂਰ ਅਤੇ ਉਹਦੇ ਨਾਲ ਪੂਰਾ ਜਿਹੜਾ ਹਿੰਦੁਸਤਾਨ ਦਾ ਵਾਮ ਆ ਪੂਰਾ, ਉਹ ਸਾਰਾ ਉਹਨਾਂ ਦੇ ਅੰਦੋਲਨ ਦੇ ਸੰਯੋਗ ਦੇ ਵਿੱਚ ਜੁਟਿਆ ਹੋਇਆ ਵਾ। ਅੱਜ ਵੀ ਐਤਵਾਰ ਦਾ ਦਿਹਾੜਾ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਅੱਜ ਇੱਥੇ ਧਰਨਿਆਂ ਦੇ ਵਿੱਚ ਪਹੁੰਚੇ ਹੋਏ ਆ। ਸਿੰਘੂ ਬਾਰਡਰ 'ਤੇ ਜਿੰਨੇ ਵੀ ਸਾਡੇ ਕੁੰਡਲੀ ਬਾਰਡਰ ਆ, ਦੂਜਾ ਵੀ ਆ, ਉੱਥੇ ਸਾਰੇ ਪਹੁੰਚੇ ਹੋਏ ਆ। ਅਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਦੀ ਨੀਤੀ ਅਤੇ ਨੀਅਤ ਦੇ ਵਿੱਚ ਸਾਨੂੰ ਬਹੁਤ ਵੱਡਾ ਫਰਕ ਲੱਗਦਾ ਸਾਫ ਨਹੀਂ ਗੀ, ਕਿਉਂਕਿ ਸਰਕਾਰ ਦੇ ਨਾਲ ਸਾਡੀਆਂ 8 ਮੀਟਿੰਗਾਂ ਹੋ ਗਈਆਂ ਵਾ। 14 ਅਕਤੂਬਰ ਨੂੰ ਮੀਟਿੰਗ ਹੋਈ ਆ, 13 ਨਵੰਬਰ ਨੂੰ ਮੀਟਿੰਗ ਹੋਈ ਆ, 1 ਦਸੰਬਰ ਨੂੰ ਮੀਟਿੰਗ ਹੋਈ ਆ, 3 ਦਸੰਬਰ ਨੂੰ, 5 ਦਸੰਬਰ ਨੂੰ ਮੀਟਿੰਗ ਹੋਈ ਆ, ਫਿਰ 30 ਦਸੰਬਰ ਨੂੰ ਹੋਈ ਆ। 30 ਦਸੰਬਰ ਵਾਲੀ ਮੀਟਿੰਗ ਜਿਹੜੀ ਸੀ ਉਹ ਸਰਕਾਰ ਨੇ ਇਸ ਤਰ੍ਹਾਂ ਮਤਲਬ ਲਿਖ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਆ, ਜਿੱਥੇ ਇਹਨਾਂ ਨੇ 30 ਸਤੰਬਰ ਨੂੰ ਆ ਜਿਹੜੇ ਬਿਜਲੀ ਸੋਧ ਬਿੱਲ ਅਤੇ ਜਿਹੜਾ ਪ੍ਰਦੂਸ਼ਣ ਵਾਲਾ ਬਿੱਲ ਸੀ ਇਹਨੂੰ ਵਾਪਸ ਲੈਣ ਦੀ ਗੱਲ ਕਹਿ ਕੇ ਨਰਮੀ ਨੁਰਮੀ, ਅਤੇ ਨਾਲ ਸਾਡੇ ਨਾਲ ਉਹਨਾਂ ਨੇ ਕਮੈਂਟਮੈਂਟ ਕੀਤੀ ਕਿ ਜਿਹੜੀ 4 ਜਨਵਰੀ ਨੂੰ ਮੀਟਿੰਗ ਹੋਏਗੀ ਉਹਦੇ ਵਿੱਚ ਅਸੀਂ ਜਿਹੜਾ ਵਾ ਖੇਤੀ 3 ਆਰਡੀਨੈਂਸ ਜਿਹੜੇ ਆ ਉਹਦੇ ਉੱਤੇ ਅਤੇ MSP ਦਾ ਜਿਹੜਾ ਨਵਾਂ ਕਾਨੂੰਨ ਬਣਾਉਣਾ ਉਹਦੇ ਉੱਤੇ ਸਾਡੀ ਵਿਸ਼ੇਸ਼ ਚਰਚਾ ਹੋਗੀ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਰੱਦ ਕੀਤਾ ਜਾਵੇ। ਪਰ ਜਿਹੜੀ 4 ਨੂੰ ਮੀਟਿੰਗ ਹੋਈ ਆ ਉਹ ਵੀ ਮੀਟਿੰਗ ਜਿਹੜੀ ਆ 3-4 ਘੰਟੇ ਉਹ ਮੀਟਿੰਗ ਚੱਲੀ ਆ, ਪਰ ਉਹ ਜਿਹੜੇ ਮੰਤਰੀ ਸੀਗੇ ਖੇਤੀਬਾੜੀ ਮੰਤਰੀ ਪਿਊਸ਼ ਗੋਇਲ ਜੀ ਔਰ ਆਪਣੇ ਜਿਹੜੇ ਆ ਸੋਮਨਾਥ ਜੀ ਉਹ ਮਸਾਂ ਹੀ ਕਿਤੇ ਘੰਟਾ ਡੇਢ ਘੰਟਾ ਮੀਟਿੰਗ ਦੇ ਵਿੱਚ ਬੈਠੇ ਆ, ਕਦੀ ਉਹ ਖਾਣਾ ਖਾਣ ਚੱਲ ਜਾਂਦੇ ਆ ਡੇਢ ਡੇਢ ਘੰਟਾ, ਕਦੀ ਘੰਟਾ ਘੰਟਾ ਮੀਟਿੰਗ 'ਚੋਂ ਲੇਟ ਆਉਂਦੇ ਆ। 4 ਨੂੰ ਵੀ ਕੁਛ ਨਹੀਂ ਕੱਢਿਆ ਅਤੇ 4 ਨੂੰ ਸਾਨੂੰ 8 ਦੀ ਮੀਟਿੰਗ ਦੇ ਦਿੱਤੀ ਅੱਗੇ, ਅਤੇ 8 ਦੀ ਮੀਟਿੰਗ ਦੇ ਵਿੱਚ ਵੀ ਜਦੋਂ ਅਸੀਂ ਵੇਖਿਆ ਜਾ ਕੇ ਕੁਛ ਵੀ ਉਹਦੇ ਵਿੱਚ ਨਹੀਂ ਨਿਕਲਿਆ, ਉਹਦੇ ਵਿੱਚ ਵੀ ਇਹ 1.25 ਘੰਟਾ ਲੇਟ ਆਏ ਆ। ਕੁਛ ਥੋੜ੍ਹੀ ਜਿਹੀ ਮੀਟਿੰਗ ਕਰਕੇ ਇਹਨਾਂ ਨੇ ਫਿਰ ਉੱਠ ਗਏ, ਕਿਸਾਨਾਂ ਨੇ ਤਾਂ ਖਾਣਾ ਖੁਣਾ ਖਾਧਾ, ਉਹਨਾਂ ਕਿਹਾ ਵੀ ਮੀਟਿੰਗ ਕਰ ਲਈਏ ਖਾਣਾ ਬਾਅਦ 'ਚ ਖਾਵਾਂਗੇ, ਪਰ ਕਹਿੰਦੇ ਅਸੀਂ ਤਾਂ ਖਾਣਾ ਵਾ। ਇਹਨਾਂ ਨੂੰ ਭੁੱਖ ਲੱਗੀ, ਇਹ ਉੱਠ ਕੇ ਖਾ ਕੇ ਚੱਲ ਗਏ ਆ, ਫਿਰ ਵੀ ਆਣ ਕੇ ਕੁਛ ਵੀ ਉਹਦੇ ਵਿੱਚੋਂ ਇਹਨਾਂ ਨੇ ਨਹੀਂ ਕੱਢਿਆ। ਸਗੋਂ ਇਹੀ ਗੱਲ ਕਹੀ ਆ ਕਿ ਜਿਹੜੇ ਕਾਨੂੰਨ ਆ ਖੇਤੀ ਦੇ ਉਹਦੇ ਵਿੱਚ ਜਿਹੜਾ ਵਾ ਦੇਸ਼ ਦੇ ਬਹੁਤੇ ਜਿਹੜੇ ਕਿਸਾਨ ਆ ਉਹ ਕਹਿ ਰਹੇ ਆ ਕਿ ਜਿਹੜੇ ਕਾਨੂੰਨ ਅੱਛੇ ਆ ਇਹ ਜਿਹੜੇ ਰੱਦ ਨਹੀਂ ਹੋ ਸਕਦੇ, ਤੁਸੀਂ ਇਹ 'ਤੇ ਕੋਈ ਹੋਰ ਸੰਸ਼ੋਧਨ ਕਰਾਉਣਾ ਚਾਹੁੰਦੇ ਜੇ, ਕੋਈ ਹੋਰ ਇਹਦੇ ਤੁਸੀਂ ਕਰਨਾ ਚਾਹੁੰਦੇ ਜੇ ਉਹ ਕਰ ਲਓ। ਉਹ ਵੀ ਸਿੱਟਾ ਸਾਡੀ ਜਿਹੜੀ ਆ ਬੇਸਿੱਟਾ ਰਹੀ ਆ, ਅਤੇ ਉਹਨਾਂ ਨੇ ਫਿਰ ਸਾਨੂੰ ਜਿਹੜਾ 8 ਤਰੀਕ ਨੂੰ ਜਿਹੜੀ ਅਗਲੀ 15 ਮੀਟਿੰਗ ਆ ਉਹਦੇ ਵਿੱਚ ਕਾਫੀ ਤਲਖੀ ਹੋਈ ਆ। ਸਾਡੇ ਆਗੂਆਂ ਨੇ ਮਤਲਬ ਕਾਫੀ ਕਿਹਾ ਕਿ ਮੀਟਿੰਗ ਸਾਨੂੰ ਕਰਦਾ ਫਾਇਦਾ ਕੀ, ਜਦੋਂ ਤੁਸੀਂ ਕਹਿਤਾ ਵੀ ਕਾਨੂੰਨ ਰੱਦ ਨਹੀਂ ਹੋ ਸਕਦੇ ਫਿਰ ਸਾਡਾ ਮੀਟਿੰਗ ਕਰਦਾ ਕੀ ਫਾਇਦਾ। ਉਹਦੇ ਉੱਤੇ ਵੀ ਫਿਰ ਇਹ ਕਹਿੰਦੇ ਨੇ ਮੀਟਿੰਗ ਸਾਡੀ ਜਿਹੜੀ ਚਰਚਾ ਉਹ ਜਾਰੀ ਰਹਿਣੀ ਚਾਹੀਦੀ ਆ, ਉਹ ਜਾਰੀ ਰਹਿਣੀ ਚਾਹੀਦੀ ਆ, ਅਸੀਂ ਚੰਗੀ ਤਰ੍ਹਾਂ ਨੂੰ ਖੰਗਾਲ ਲਈਏ ਕਰ ਲਈਏ, ਤੁਸੀਂ ਹੋਰ ਅਗਲੀ ਵਾਰ ਇਹਨੂੰ ਕੋਈ ਖਾਸ ਇਹਦੇ ਵਿੱਚ ਗੱਲ ਲੈ ਕੇ ਆਇਓ, ਆਪਾਂ ਬਹਿ ਕੇ ਮੀਟਿੰਗ ਕਰ ਲਵਾਂਗੇ। ਉਹ ਜਿਹੜੀ 15 ਤਰੀਕ ਨੂੰ ਮੀਟਿੰਗ ਹੋਣੀ ਆ, ਅੱਜ ਸਾਡਾ ਸੰਯੁਕਤ ਮੋਰਚਾ ਜਿਹੜਾ ਵਾ ਉਹਨਾਂ ਦੀ ਮੀਟਿੰਗ ਜਿਹੜੀ ਇਸ ਟਾਈਮ ਮੇਰੇ ਖਿਆਲ ਸ਼ੁਰੂ ਹੋ ਗਈ ਹੋਣੀ ਆ, 2 ਵਜੇ ਮੀਟਿੰਗ ਸ਼ੁਰੂ ਹੋਣੀ ਸੀ। ਉਹਦੇ ਵਿੱਚ ਅੱਜ ਨਿਰਣਾ ਲਿਆ ਜਾਊਗਾ ਕਿ ਸਰਕਾਰ ਦਾ ਜਿਹੜਾ ਵਿਹਾਰ ਆ, ਚਿੱਠੀ ਉਹ ਚਿੱਠੀ, ਮੀਟਿੰਗ ਉਹ ਮੀਟਿੰਗ ਹੀ ਹੋ ਕੇ ਕੱਢਣਾ ਕੁਛ ਨਹੀਂ, ਪਾਉਣਾ ਕੁਛ ਨਹੀਂ, ਅਤੇ ਲੰਮਾ ਜਿਹੜਾ ਵਾ ਇਹਨੂੰ ਲੈ ਕੇ ਜਾਇਆ, ਲੈ ਕੇ ਜਿਹੜਾ ਲੰਮਾ ਅੰਦੋਲਨ ਨੂੰ ਲੈ ਕੇ ਚੱਲਿਆ ਜਾ ਰਿਹਾ, ਜਿਹਦੇ ਵਿੱਚ ਕੁਛ ਨਾ ਕੁਛ ਵੀ ਇਹ ਲੋਕ ਥੱਕ ਜਾਣ, ਅੱਕ ਜਾਣ, ਲੋਕ ਇਹਨਾਂ ਦਾ ਖਹਿੜਾ ਛੱਡ ਜਾਣ, ਇਹ ਅੰਦੋਲਨ ਕਮਜ਼ੋਰ ਜੇ ਕਿਸੇ ਨਾ ਕਿਸੇ ਤਰੀਕੇ ਨਾਲ, ਉਹ ਸਾਰਾ ਕੁਝ ਸਰਕਾਰ ਕਰਦੇ ਲੱਗੀ ਆ। ਉਹਦੇ ਵਿੱਚ ਕੀ ਆ, ਆਹ ਹੁਣ ਸਾਨੂੰ ਨਵੀਂ ਗੱਲ ਆਈ ਇੱਕ ਕਿ ਨਾਨਕਸਰ ਵਾਲੇ ਬਾਬਾ ਲੱਖਾ ਸਿੰਘ ਜੀ ਜਿਹੜੇ ਆ ਉਹਨਾਂ ਨੂੰ ਵਿੱਚ ਮੀਡੀਏਟਰ ਬਣਾਉਣ ਦੀ ਜਿਹੜੀ ਗੱਲ ਆਈ ਆ, ਉਹਨਾਂ ਨੇ ਆਪਣੇ ਜਿਹੜੇ ਉਹ ਤੋਮਰ ਜੀ ਆ ਜਾਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਉਹਨਾਂ ਨੇ, ਅਤੇ ਕਰਕੇ ਤਾਂ ਹੁਣ ਜਿਹੜੀ ਅਗਲੇ ਹਫ਼ਤੇ ਫਿਰ ਦੁਬਾਰਾ ਇਹਨਾਂ ਦੀ ਮੀਟਿੰਗ ਹੋਣ ਵਾਲੀ ਆ, ਜਾਂ ਸਾਡੇ ਅਕਾਲ ਤਖ਼ਤ ਦੇ ਜਿਹੜੇ ਆ ਸਾਡੇ ਜਥੇਦਾਰ ਆ ਗਿਆਨੀ ਹਰਪ੍ਰੀਤ ਸਿੰਘ ਜੀ ਉੱਧਰ ਨੂੰ ਇਹਨਾਂ ਦਾ ਡਾਇਰੈਕਸ਼ਨ ਹੋ ਰਿਹਾ ਵਾ। ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਇਹੋ ਜਿਹੀਆਂ ਚਾਲਾਂ ਨਾ ਚਲਾਓ, ਇਹ ਸਾਰੇ ਦੇਸ਼ ਦਾ
अंदोलन आ, कोई धार्मिक अंदोलन नहीं गा, एक देश की किसानी का अंदोलन आ जिदे विच सारे धर्म सारे स्टेट सारिया जातां सारिया भाषा जिहड़ियां अज इत्थे दिल्ली दे विच बैठियां वा, ते इहनूं तुसीं इस तरह के मीडिएटर पा के जिहड़ा वे उत्ते गलबात ना कीती जावे। इहदी गलबात जिहड़ी आ इह जिहड़ी आ सिद्धी किसानां दे नाल ते जिहड़े किसान मोर्चा चला रहे आ साडे संयुक्त मोर्चे दे नाल, उहनां दे राही इहदा मसले का हल कढ़िया जावे, इस तरह दीआं चालां ना चलाईआं जाण। कल भी किसान आगू ने एक जरीली चीज करके अपनी आत्महत्या की है, तो वो बारे की कहना चाहते? वेखो जी दुखी हो गए, अभी तुम्हें पहला दसा भी 47 दिन हो गए दिल्ली के, दो महीने पंजाब चलिया, लोग अके सड़े पे आ। मेरे ख्याल च 100 के करीब जड़िया मौतां हो चुकी वा, कोई किसी कारण कोई किसी कारण। एक संत महापुरश संत राम सिंह जी ने उन्होंने भी अपना बलिदान देता वा। इन्ना कुछ होने तो बाद अजय सरकार तो जी सरकार है टस तो मस नहीं हो रही। जेडे इन्हों प्रवक्ता वा जितना साढ़े पंजाब दे विच आ गरेवाल आ हरजीत गरेवाल आ जियानी जी आ जां पहला चुग सीगे, वह जिहड़े इस तरह के बयानबाजी कर रहे आ, इस तरह का मतलब जिहड़ा वा वह गुस्सा साडा किसानां दा वधा रहे आ, ये जिहड़े अंदोलन दे विच गड़बड़ कर रहे आ, वह जिहड़े जदों ये दिल्ली दे विच इन्हां दे आके आ जिहड़े उत्ते अमित शाह जी होणी मोदी जी होणी वह जदों बुलाउंदे आ ते वह एक टीका ला के इन्हां दा दिमाग खराब करके पंजाब च भेजदे आ। उत्थे जाके कदी जियानी जी कह रहे हैं कि अंदोलन के विच ते किसान है ही नहीं गे, ये लोग होर बैठे आ। तो जिहड़ा हरजीत गरेवाल जे कल ही उन्होंने ताज़ा बयान तुहाडे सामने दिता आ कि जिहड़े किसान अंदोलन के नेता वा वह 5-स्टार होटलों के रेंदे आ, इहो जिहे बयान जिहड़े दे के लोगों को गमराह करने की कोशिश कर रहे आ। अही कहना चाहुंदे आ कि जिहड़ा हरजीत गरेवाल आ वो इत्थे साडे कोल आ जावे, आण के वेख ले कि नेता कित्थे रेंदे आ, ते जां 4 दिन साडे नाल कट लवे, ते जां जिहड़े जियानी जी आण के वेख लैण भी इत्थे हैगा कौण आ। प्रिटी कल बंदा तो साडी स्टेज ते बोल के साडी स्टेज दे लागे नहीं आ सकदा, कोई भी नहीं आ सकता, जां कोई एम पी आ साबका एम पी आ जां किसी ने इलैक्शन लड़ी आ जां लड़न वास्ते फिर रहा, कोई नहीं आ सकता। क्यों कि ये जिन्ना कुछ भी आया वा बिलों के उत्ते माड़िया नीतियों के उत्ते सारिया पोलिटिकल पार्टियां की रजामंदी के नाल सहमति दे नाल आया, इस करके सिस्टम नूं ही बदलना चाहुंदे आ। उहदे नाल साडी वड्डा जिहड़ा वा कि साडे देश दे विच जिहड़ा एका वा जिहड़ा साडे देश दे विच एका वा भाईचारा वा सांझ आ जिहड़ी वह बहुत वड्डी हो गई आ। साडा नौजवान जिहड़ा गवाचिया पिया सीगा इन्हां पोलिटिकल लोगों ने जिहड़ा अपने चुगल च फसाया होया सीगा, उन्हां नूं यूनीवर्सिटियां च कालजां दे विच प्रधान बना के हथियार दे के जिहड़ा कुछ उन्हां तों करवाउंदे सी बूथां दे उत्ते कब्जा करवाउंदे सीगे इलैक्शनां च वरतदे सी, उन्हां नूं घर तों दूर कर दिंदे सी मापिआं तों दूर करदे, वह नौजवान अज साडा जिहड़ा वा फिर अपने बाबिआं दी बुक्कल दे विच आ गया, वह अज बाबिआं दे नाल मोढे नाल मोढा ला के खड़ गया, ते इहदे उत्ते जिहड़ा वा अंदोलन बहुत तेज सिरे के पीक ते पहुँच गया वा। तो हुण साडा जिहड़ा अगला लाण आ उस लाण वास्ते 26 तरीक नूं जिहड़ा वा एक दिल्ली दे विच बहुत वड्डी ट्रैक्टर परेड करनी आ, वह पूरे पंजाब दे विच तैयारियां हो रही, हिंदू अपने हरियाणे तैयारियां हो रही, पूरे देश दे विच तैयारियां हो रही, उहदा ही जिहड़ा 7 तरीक नूं एक ट्रेलर दिखा के असी जिहड़ा हैगा वह मुड़के जिहड़ा हैगा असी वड्डी शक्ति प्रदर्शन किया। वह शक्ति प्रदर्शन साडा जिहड़ा हैगा शांतिपूर्वक बगैर किसी घटना तो बगैर किसी गल तो साडा वह प्रोटेस्ट जिहड़ा हैगा सफल होया। हुण 13 तरीक नूं जिहड़ा वा लोहड़ी दे उत्ते असी भुग्गे बाल के जिहड़े खेती ऑर्डीनेंस दे बिल आ उहनां नूं साड़ के जिहड़ी वह लोहड़ी मनावांगे, ते फिर जिहड़ा अगला साडा नेता जी सुभाष चंद्र बोस आ जिहड़े आजादी दे साडे अपने हीरो ने उन्हां दा अहीं जिहड़ा वा 23 नूं अहीं जन्मदिन भी मनावांगे, ते 26 तरीक नूं जिहड़ा वा पूरा हिंदुस्तान पूरा पंजाब हरियाणा लोग जिहड़े आ दिल्ली दे विच परेड करनगे। जिहड़ा दूजे बन्ने परेड आ उह वी साडे बच्चे करनगे, साडे बच्चे सरहदां ते बैठे आ, ते किसान दा बच्चा ही सरहदां ते बैठा, उन्हां ने आण के उह जिहड़ी आ परेड करनी आ। इक बन्ने बाप बजुर्ग परेड करनगे, इक बन्ने साडे बच्चे परेड करनगे, ते उस परेड नूं असीं सफल बनावांगे, ते सफल बना के मोदी दा करो सुनेहा देवांगे भी आ अहीं आ जिहड़े आ लोक दिल्ली दे उत्ते अहीं अपना कब्जा कर लिया, अहीं इह परेड कर लिया सारा कुछ कर लिया। ते जे मोदी सरकार दे अगे हत्थ च सरकार दे पाड़े च गेंद आ कि 26 तरीक नूं सरकार ने इन्हां किसानां नूं दिल्ली वल वधन देना जां नहीं वधन देना, जे सरकार ने गोली चलाउणी गोली चला ले, लाठी चलाउणी आ ते लाठी चला ले, असीं 26 तरीक नूं पछाण नहीं हटण वाले, ते अपने नौजवान वर्ग नूं असीं इक सुनेहा देना चाहुंदे आ अपने मीडिया दे राहीं कि साडी नौजवानी
ਬਹੁਤ ਕੀਮਤੀ ਸਾਡੀਆਂ ਇਹ ਨੌਜਵਾਨੀਆਂ, ਅਸੀਂ ਨੌਜਵਾਨੀ ਨੂੰ ਪਹਿਲਾਂ ਵੀ ਪਿਛਲੇ ਮਾੜੇ ਦੌਰ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਗਵਾਲਿਆ ਵਾ, ਹੁਣ ਵੀ ਅਸੀਂ ਇਹਨਾਂ ਨੂੰ ਜਿਹੜਾ ਵਾ ਇਸ ਤਰੀਕੇ ਦੀ ਟੱਕਰ ਨਹੀਂ ਲਾਉਣ ਦੇਵਾਂਗੇ। ਇਹਨਾਂ ਨੂੰ ਕਹਿਣਾ ਚਾਹੁੰਦੇ ਕਿ ਆਹ ਬਜ਼ੁਰਗ ਆ, 20 ਸਾਲਾਂ ਦੇ 30 ਸਾਲਾਂ ਦੇ ਸਾਡੇ ਤਜਰਬੇ ਆ, ਅਸੀਂ ਤੁਹਾਡੀ ਅਗਵਾਈ ਕਰਾਂਗੇ, ਤੁਸੀਂ ਸਾਡੀ ਪਿੱਛੇ ਤਾਕਤ ਬਣ ਕੇ ਫਿਰ ਤੁਸੀਂ ਸਾਡੇ ਨਾਲ ਸਾਥ ਦੇਣਾ ਵਾ। ਕਿਤੇ ਵੀ ਸਿੱਧੀ ਟੱਕਰ ਇਹੋ ਜਿਹਾ ਕੰਮ ਨਹੀਂ ਕਰਨਾ ਆਪਾਂ ਕਿ ਜਿਹਦੇ ਨਾਲ ਸਾਡੇ ਅੰਦੋਲਨ ਨੂੰ ਵੱਡਾ ਦਾਗ ਲੱਗੇ, ਕਿਉਂਕਿ ਇੱਕ ਰਿਕਾਰਡ ਇਤਿਹਾਸ ਬਣ ਗਿਆ। ਪਿਛਲੇ ਜਿੰਨਾ ਅੰਦੋਲਨ ਚੱਲਿਆ ਸ਼ਾਂਤੀਪੂਰਵਕ, ਬਿਲਕੁਲ ਇਹ ਜਿਹੜਾ ਚੱਲਿਆ ਕੋਈ ਇਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਆ ਕੋਈ ਗੱਲ ਨਹੀਂ ਹੋਈ, ਪਰ ਸਰਕਾਰ ਨੇ ਆਪਣੇ ਪੂਰੇ ਜ਼ੋਰ ਲਾ ਲਏ ਆ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ। ਇਹ ਨਹੀਂ ਉਸ ਪਾਸੇ ਕੁਛ ਵੀ ਹੋਇਆ, ਪਰ ਆਹ ਤੁਹਾਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡਾ ਅੰਦੋਲਨ ਆ ਜਿਹੜਾ ਪੀਕ ਫੋਲਿਆ, ਬਿਲਕੁਲ ਸਿਰੇ ਦੇ ਪਹੁੰਚਿਆ। ਇਹ ਅੰਦੋਲਨ ਉਨ੍ਹਾਂ ਚਿਰ ਚੱਲੇਗਾ ਜਿੰਨਾ ਚਿਰ ਸਾਡੇ ਖੇਤੀ ਦੇ ਆਰਡੀਨੈਂਸ ਜਿਹੜੇ ਰੱਦ ਨਹੀਂ ਹੋ ਜਾਂਦੇ, MSP ਦੇ ਉੱਪਰ ਨਵਾਂ ਕਾਨੂੰਨ ਨਹੀਂ ਬਣ ਜਾਂਦਾ, ਇਹ ਸਾਰਾ ਕੁਝ ਸਾਫ਼ ਨਹੀਂ ਹੋ ਜਾਂਦਾ। ਆਉਣ ਵਾਲੇ ਸਮੇਂ ਦੇ ਵਿੱਚ ਇਹ ਬੜੇ ਸ਼ਮੀਕਰਨ ਜਿਹੜੇ ਬਦਲਣਗੇ, ਇਹ ਪੋਲੀਟੀਕਲ ਸਿਸਟਮ ਜਿਹੜਾ ਗੰਦਾ ਮੰਦਾ ਸਾਰਾ ਸਾਫ਼ ਹੋਊਗਾ, ਲੋਕਾਂ ਦਾ ਕਿਸਾਨਾਂ ਮਜ਼ਦੂਰਾਂ ਦਾ ਕੁਛ ਵੱਖਰਾ ਹੀ ਰਾਜ ਆਊਗਾ। ਇਹੋ ਹੀ ਆ ਸਾਡੀ ਕਿ ਜਿੱਤ ਕੇ ਜਾਵਾਂਗੇ। ਸਨ ਜਸਵੀਰ ਸਿੰਘ ਪਿੱਧੀ ਜਿਨ੍ਹਾਂ ਨੇ ਕਿਹਾ ਹੈ ਕਿ ਜਿਵੇਂ ਕਿ ਕੇਂਦਰ ਸਰਕਾਰ ਕਾਲੇ ਕਾਨੂੰਨ ਜਿਹੜੇ ਕਿ ਲਾਗੂ ਕੀਤੇ ਨੇ ਉਹਨਾਂ ਨੂੰ ਰੱਦ ਕਰਾ ਕੇ ਉਹ ਵਾਪਸ ਕਰਨਗੇ, ਉਹਨਾਂ ਨੇ ਕਿਹਾ ਕਿ ਜਿਹੜਾ ਕਿ ਨੌਜਵਾਨ ਸਾਡਾ ਵਰਗ ਸੀ ਜੋ ਕਿ ਰਾਜਨੀਤਿਕ ਲੋਕਾਂ ਦੇ ਕਹਿਣਿਆਂ 'ਤੇ ਜਿਵੇਂ ਕਿ ਉਹਨਾਂ ਦੇ ਭੜਕਾ ਰਹੇ ਸੀ, ਗੁੰਮਰਾਹ ਕਰ ਰਹੇ ਸੀ ਉਹਨਾਂ ਨੂੰ, ਉਹ ਵੀ ਅੱਜ ਉਹਨਾਂ ਦੀ ਬੁੱਕਲ ਦੇ ਵਿੱਚ ਆ ਗਏ ਨੇ। ਅਤੇ ਅਜੇ ਇਹ ਜਿਹੜਾ ਸੰਘਰਸ਼ ਆ ਇਹ ਪੀਕ 'ਤੇ ਪਹੁੰਚਿਆ ਹੈ ਅਤੇ ਆਪਣੀ ਜਿੱਤ ਯਕੀਨੀ ਕਰਕੇ ਇੱਥੋਂ ਵਾਪਸ ਪਰਤਣਗੇ। D5 ਚੈਨਲ ਤੋਂ ਸਿੰਘੂ ਬਾਰਡਰ ਤੋਂ ਰਜਿੰਦਰ ਸਿੰਘ ਭੱਟ ਦੀ ਵਿਸ਼ੇਸ਼ ਰਿਪੋਰਟ। D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।